ਦਾ ਵਿਵਾਦਾਂ ਦੇ ਨਾਲ ਹੁਣ 9 ਮਾਰਚ ਦਾ ਰਿਸ਼ਤਾ ਬਣਦਾ ਜਾ ਰਿਹਾ ਹੈ। ਤਾਜ਼ਾ ਮਾਮਲੇ ਦੇ ਵਿੱਚ ਅਗੋਮਾ ਯੂਨੀਵਰਸਿਟੀ ਦੇ ਕਰੀਬ 50 ਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਆਪਣੀ ਹੀ ਯੂਨੀਵਰਸਿਟੀ ਦੇ ਇੱਕ ਪ੍ਰੋਫੈਸਰ ਦੇ ਉੱਪਰ ਉਹਨਾਂ ਨੂੰ ਜਾਣ ਬੁੱਝ ਕੇ ਫੇਲ ਕਰਨ ਦਾ ਕਥਿਤ ਆਰੋਪ ਲਗਾਇਆ ਹੈ। ਇੱਕ ਐਜੂਕੇਸ਼ਨਲ ਫਰਾਡ ਕੇ ਹਮ ਲੋਗ ਇੱਕ ਵਿਕਟਿਮ ਹੈ, ਜਿਸਮੇ ਯੇ ਹੈ ਕਿ ਪ੍ਰੋਫੈਸਰ ਨੇ ਹਮੇ ਕਲੀਅਰਲੀ ਓਪਨ ਬੁੱਕ ਐਗਜ਼ਾਮ ਬੋਲਾ ਥਾ ਔਰ ਫਿਰ ਵੀ ਹਮੇ ਕਾਪਿੰਗ ਕੇ ਲੀਏ ਐਕਿਊਜ਼ ਕੀਆ ਗਿਆ ਹੈ। ਅਲਗੋਮਾ ਯੂਨੀਵਰਸਿਟੀ ਗ੍ਰੈਜੂਏਟ ਡਿਪਲੋਮਾ ਸਰਟੀਫਿਕੇਟ ਦੇ ਬਿਜ਼ਨਸ ਅਤੇ ਹਿਊਮਨ ਰਿਸੋਰਸ ਕੋਰਸ ਵਿੱਚ ਪੜ੍ਹਨ ਵਾਲੀ ਅੰਤਰਰਾਸ਼ਟਰੀ ਵਿਦਿਆਰਥੀ ਸੋਨਲ ਗੁਪਤਾ ਦੱਸਦੀ ਹੈ ਕਿ ਉਹਨਾਂ ਨੇ ਪ੍ਰੋਫੈਸਰ ਨਾਲ ਫੇਲ ਹੋਣ ਦੇ ਕਾਰਨਾਂ ਦੀ ਵਜ੍ਹਾ ਜਾਣਨ ਦੀ ਕੋਸ਼ਿਸ਼ ਕੀਤੀ ਪਰ ਸੋਨਲ ਅਨੁਸਾਰ ਪ੍ਰੋਫੈਸਰ ਨੇ ਉਹਨਾਂ ਨੂੰ ਮੂੰਹ ਤੋੜ ਜਵਾਬ ਦੇ ਦਿੱਤਾ। ਉਨ੍ਹਾਂਨੇ ਕੋਈ ਰੀਜ਼ਨ ਨਹੀਂ ਦਿਆ, ਉਨ੍ਹਾਂਨੇ ਕੋਈ ਆਨਸਰ ਨਹੀਂ ਦਿਆ। ਹਮੇ 3 ਸਟੈਪ ਆਫ ਅਕੈਡਮਿਕ ਪ੍ਰੋਸੈਸ ਜੋ ਅਪੀਲ ਪ੍ਰੋਸੈਸ ਹੈ ਵੋ ਹਮੇ ਫਾਲੋ ਕਰਨਾ ਥਾ, ਹਮਨੇ ਫਾਲੋ ਕੀਆ। ਫਸਟ ਸਟੈਪ ਮੇ ਹਮਨੇ ਪ੍ਰੋਫੈਸਰ ਕੋ ਮੇਲ ਕੀਆ, ਪ੍ਰੋਫੈਸਰ ਨੇ ਸਿੱਧਾ ਬੋਲਾ ਕਿ ਆਪ ਲੋਗ ਸੈਕੰਡ ਸਟੈਪ ਮੇ ਜਾ ਸਕਤੇ ਹੋ, ਹਮੇ ਆਪਸੇ ਬਾਤ ਹੀ ਨਹੀਂ ਕਰਨੀ ਹੈ, ਵਰਨਾ ਪਹਿਲੇ ਹਮਨੇ ਪ੍ਰੋਫੈਸਰ ਸੇ ਬਾਤ ਕਰਨੇ ਕੀ ਪੂਰੀ ਕੋਸ਼ਿਸ਼ ਕੀ ਥੀ। ਮੈਂ ਫੇਲ ਹੋ ਨਹੀਂ ਸਕਦੀ ਬਿਕੋਜ਼ ਆਈ ਨੋ ਦਿਸ ਕਿ ਮੈਂ ਕਿੱਦਾਂ ਐਗਜ਼ਾਮ ਕੀਤਾ ਏ। ਸੋ ਇਹਨੇ ਮੈਨੂੰ ਪ੍ਰੋਫੈਸਰ ਨੇ ਕੋਈ ਰੀਜ਼ਨ ਨਹੀਂ ਦਿੱਤੇ, ਸਭ ਨੂੰ ਅਕੈਡਮਿਕ ਡਿਸਓਨੈਸਟੀ ਵਿੱਚ ਪਾਤਾ। 90 ਕੁਐਸਚਨ ਸੀਗੇ, ਉਹਦੇ 'ਚੋਂ ਇੱਕ ਕੁਐਸਚਨ ਪਿੱਛੇ ਇਹਨੇ ਸਾਰੇ ਬੱਚੇ ਫੇਲ ਕਰਦੇ ਨੇ ਕਿ ਤੁਸੀਂ ਕੁਐਸਚਨ ਕਾਪੀ ਕੀਤਾ ਏ, ਜਦਕਿ ਐਗਜ਼ਾਮ ਸੀਗਾ ਸਾਡਾ ਓਪਨ ਬੁੱਕ। ਪੰਜਾਬ ਤੋਂ BBA ਦੀ ਪੜ੍ਹਾਈ ਕਰਕੇ ਆਈ ਆਕਾਸ਼ਦੀਪ ਕੌਰ ਦਾ ਕਹਿਣਾ ਹੈ ਕਿ ਉਸ ਨੂੰ 3ਰੀ ਵਾਰ ਇਸ ਕੋਰਸ ਵਿੱਚੋਂ ਫੇਲ ਕੀਤਾ ਗਿਆ ਹੈ, ਜਦਕਿ ਬਾਕੀ ਵਿਸ਼ਿਆਂ ਵਿੱਚੋਂ ਉਸ ਦੇ ਨੰਬਰ 90% ਤੋਂ ਉੱਪਰ ਹੁੰਦੇ ਹਨ। ਸੋ ਇਟਸ ਬੀਨ 8 ਮੰਥ ਰਾਈਟ ਨਾਓ ਕਿ ਮੈਂ ਇੱਕ ਸਬਜੈਕਟ ਦੇ ਪਿੱਛੇ ਲੜ ਰਹੀ ਹਾਂ। ਮੇਰਾ 23 ਵਿੱਚ ਮੈਨੂੰ ਇੱਕ ਪ੍ਰੋਫੈਸਰ ਨੇ ਫਾਈਨੈਂਸ ਐਂਡ ਅਕਾਊਂਟਿੰਗ 'ਚ ਫੇਲ ਕੀਤਾ ਸੀਗਾ ਵਿਦਆਊਟ ਟੈਲਿੰਗ ਮੀ ਐਨੀ ਰੀਜ਼ਨ। ਮੈਂ ਬਹੁਤ ਰੀਜ਼ਨਸ ਪੁੱਛੇ, ਬਟ ਉਦੋਂ ਇੱਥੇ ਪ੍ਰੋਟੈਸਟ ਆਲਰੇਡੀ ਇੱਕ ਚੱਲ ਰਹੀ ਸੀਗੀ ਜਨਵਰੀ ਵਾਲੀ। ਸੋ ਉਦੋਂ ਇਹਨਾਂ ਨੇ ਮੈਨੂੰ ਰਜਿਸਟਰ ਵੀ ਨਹੀਂ ਕਰਨ ਦਿੱਤਾ। ਤੋ ਫਿਰ ਮੈਂ 4 ਮਹੀਨੇ ਵੇਟ ਕੀਤਾ, ਮਈ ਇਨਟੇਕ ਦੁਬਾਰਾ ਰਜਿਸਟਰ ਕੀਤਾ ਅਤੇ ਮੈਂ ਸੇਮ ਕੋਰਸ ਰਿਪੀਟ ਕਰ ਰਹੀ ਹਾਂ ਆਪਣੇ ਅਦਰ ਕਾਲਜ ਦੇ ਨਾਲ ਨਾਲ। ਇਸ ਮਾਮਲੇ 'ਤੇ ਅਸੀਂ ਅਲਗੋਮਾ ਯੂਨੀਵਰਸਿਟੀ ਤੱਕ ਵੀ ਪਹੁੰਚ ਕੀਤੀ ਪਰ ਯੂਨੀਵਰਸਿਟੀ ਨੇ ਸਾਨੂੰ ਕੋਈ ਜਵਾਬ ਨਹੀਂ ਭੇਜਿਆ। ਹਾਲਾਂਕਿ ਇਹ ਪਹਿਲੀ ਵਾਰ ਨਹੀਂ ਜਦੋਂ ਅਲਗੋਮਾ ਯੂਨੀਵਰਸਿਟੀ ਉੱਪਰ ਇਸ ਤਰ੍ਹਾਂ ਦੇ ਆਰੋਪ ਲੱਗੇ ਹੋਣ। ਜਨਵਰੀ ਮਹੀਨੇ ਵਿੱਚ ਵੀ ਅਲਗੋਮਾ ਯੂਨੀਵਰਸਿਟੀ ਉੱਪਰ ਇਸੇ ਤਰ੍ਹਾਂ ਦੇ ਪੂਰੀ ਕਲਾਸ ਨੂੰ ਇੱਕ ਕੋਰਸ ਵਿੱਚੋਂ ਫੇਲ ਕਰਨ ਦੇ ਕਥਿਤ ਇਲਜ਼ਾਮ ਲੱਗੇ ਸਨ। ਜਸਪ੍ਰੀਤ ਪੰਦੇਰ, ਓਮਨੀ ਨਿਊਜ਼, ਬਰੈਂਪਟਨ।